ਫਾਜ਼ਿਲਕਾ ਦੇ ਵਿੱਚ ਲੈਵਲ 2 ਅਲਟਰਾਸਾਊਂਡ ਦੇ ਅੰਦਰ ਕੋਤਾਹੀ ਵਰਤਣ ਵਾਲੇ ਡਾਕਟਰ ਦੇ ਖਿਲਾਫ ਥਾਣਾ ਸਿਟੀ ਪੁਲਿਸ ਨੇ ਕੀਤਾ ਪਰਚਾ ਦਰਜ। ਗ੍ਰਿਫਤਾਰੀ ਦੇ ਕੀਤੇ ਜਾ ਰਹੇ ਹਨ ਪ੍ਰਯਾਸ। ਫਾਜ਼ਿਲਕਾ ਦੇ ਸਲੇਮਸ਼ਾਹ ਰੋਡ ਤੇ ਬਣੇ ਨਵਜੀਵਨ ਹਸਪਤਾਲ ਦੇ ਵਿੱਚ ਚੱਲਣ ਵਾਲੇ ਤੂੜੀਆ ਡਾਇਗਨੋਸਟਿਕ ਸੈਂਟਰ ਦੇ ਵਿੱਚ ਅਲਟਰਾਸਾਊਂਡ ਕਰਵਾਉਣ ਗਈ ਗਰਭਵਤੀ ਮਹਿਲਾ ਦੇ ਲੈਵਲ 2 ਅਲਟਰਾਸਾਊਂਡ ਦੇ ਵਿੱਚ ਕੋਤਾਹੀ ਵਰਤਣ ਮਾਮਲੇ ਦੇ ਵਿੱਚ ਥਾਣਾ ਸਿਟੀ ਪੁਲਿਸ ਨੇ ਡਾਕਟਰ ਛਿਤੀ ਤੂੜੀਆ ਦੇ ਖਿਲਾਫ ਪਰਚਾ ਦਰਜ ਕਰ ਲਿਆ। ਜਾਣਕਾਰੀ ਦਿੰਦੇ ਹੋਏ ਡੀਐਸਪੀ ਸੁਬੇਕ ਸਿੰਘ ਨੇ ਦੱਸਿਆ ਕਿ ਵੱਖ-ਵੱਖ ਧਾਰਾਵਾਂ ਦੇ ਤਹਿਤ ਇਹ ਪਰਚਾ ਦਰਜ ਕੀਤਾ ਗਿਆ ਹੈ ਅਤੇ ਡਾਕਟਰ ਦੀ ਗ੍ਰਿਫਤਾਰੀ ਦੇ ਪ੍ਰਯਾਸ ਵੀ ਕੀਤੇ ਜਾ ਰਹੇ ਹਨ। ਉਹਨਾਂ ਨੇ ਕਿਹਾ ਕਿ ਡਾਕਟਰ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਏਗਾ। ਉਹਨਾਂ ਨੇ ਕਿਹਾ ਕਿ ਇਹ ਪਰਚਾ ਰਾਧਾ ਸਵਾਮੀ ਕਲੋਨੀ ਨਿਵਾਸੀ ਅਰੁਣ ਕੁੱਕੜ ਦੀ ਸ਼ਿਕਾਇਤ ਦੇ ਆਧਾਰ ਤੇ ਦਰਜ ਕੀਤਾ ਗਿਆ, ਜਿਨ੍ਹਾਂ ਵੱਲੋਂ ਐਸਐਸਪੀ ਫਾਜ਼ਿਲਕਾ ਨੂੰ ਸ਼ਿਕਾਇਤ ਦਿੱਤੀ ਗਈ ਸੀ, ਜਿਸ ਤੇ ਜਾਂਚ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਡਾਕਟਰ ਛਿਤੀ ਤੂੜੀਆ ਦੇ ਖਿਲਾਫ ਧਾਰਾ 116 22 ਅਤੇ 25 PC ਐਕਟ ਦੇ ਤਹਿਤ ਪਰਚਾ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਹੋਰ ਵੀ ਧਾਰਾਵਾਂ ਡਾਕਟਰ ਛਿਤੀ ਤੂੜੀਆ ਤੇ ਲਗਾਈਆਂ ਗਈਆਂ। ਉਹਨਾਂ ਨੇ ਕਿਹਾ ਕਿ ਡਾਕਟਰ ਛਿਤੀ ਤੂੜੀਆ ਦੀ ਗ੍ਰਿਫਤਾਰੀ ਦੇ ਪ੍ਰਯਾਸ ਕੀਤੇ ਜਾ ਰਹੇ ਹਨ। ਅਰੁਣ ਕੁੱਕੜ ਨਾਂ ਦੇ ਵਿਅਕਤੀ ਨੇ ਫਾਜ਼ਿਲਕਾ ਦੇ ਨੇ ਮਾਨਯੋਗ ਐਸਐਸਪੀ ਕੋਲ ਕੰਪਲੇਂਟ ਦਿੱਤੀ ਸੀ ਵੀ ਉਹਦੀ ਪਤਨੀ ਦਾ ਡਾਕਟਰ ਤੋਂ ਇਲਾਜ ਚੱਲਦਾ ਸੀ ਵੀ ਉਹਨੇ ਸਾਨੂੰ ਦੌਰਾਨੇ ਇਲਾਜ ਤੇ ਟੈਸਟ ਕਰਕੇ ਗਲਤ ਰਿਪੋਰਟ ਦਿੱਤੀ। ਉਸ ਦਰਖਾਸਤ ਦੀ ਮਾਨਯੋਗ ਐਸਪੀ ਸਾਹਿਬ ਨੇ ਪੜਤਾਲ ਕੀਤੀ ਸੀ। ਉਸ ਪੜਤਾਲ ਤੋਂ ਦੋਨਾਂ ਦੌਰਾਨ ਸ਼ਾਮਲ ਕਰਕੇ ਡੀਐਲ ਲੀਗਲ ਦੀ ਪੀਨੀਅਨ ਤੇ ਰਹਿ ਤੇ ਥਾਣੇ ਸਿਟੀ ਫਾਜ਼ਿਲਕਾ ਮੁਕਦਮਾ ਦਰਜ ਕੀਤਾ ਹੈਗਾ। ਸਾਡੇ ਵੱਲੋਂ ਤਫਤੀਸ਼ ਜਾਰੀ ਹੈ, ਜਲਦੀ ਅਸੀਂ ਇਸ ਦੋਸ਼ੀ ਨੂੰ ਫੜ ਲਾਂਗੇ। ਕਿੰਨਾ ਦੇ ਸਰ ਪਰਚਾ ਦਰਜ ਹੋਇਆ ਜੀ? ਬਿਆਨਾਂ ਦੇ ਆਧਾਰ ਤੇ ਦਰਜ ਹੋਇਆ ਪੜਤਾਲ ਤੇ ਸਤੀਸ਼ ਧੂੜੀਆ ਡਾਕਟਰ ਦੇ ਖਿਲਾਫ। ਸਰ ਕਿਹੜੀ ਧਾਰਾਵਾਂ ਦੇ ਤਹਿਤ ਮੁਕਦਮਾ ਦਰਜ ਕੀਤਾ? 22-25 PCPNDT ਐਕਟ ਹੈਗਾ। ਸਰ ਕੀ ਮਾਮਲਾ ਕੀ ਸੀ ਸਰ? ਇਹ ਵੈਸੇ ਪੂਰਾ ਮਾਮਲਾ ਉਹਨਾਂ ਡਾਕਟਰ ਕੋਲ ਇਲਾਜ ਚੱਲਦਾ ਸੀ ਪ੍ਰੈਗਨੈਂਸੀ ਦਾ, ਉਹਦੇ 'ਚ ਡਾਕਟਰ ਨੇ ਬੱਚੇ ਦਾ ਪੂਰੀ ਪ੍ਰੋਗਰੈਸ ਸਹੀ ਨਹੀਂ ਸੀ, ਪਰ ਉਹਨੇ ਜੋ ਰਿਪੋਰਟਾਂ ਦਿੱਤੀਆਂ ਉਹਨਾਂ ਰਿਪੋਰਟਾਂ ਗਲਤ ਦਿੱਤੀਆਂ। ਉਹਨਾਂ ਵਾਰਸਾਂ ਨੂੰ ਕਿਹਾ ਵੀ ਬੱਚਾ ਪ੍ਰੈਗਨੈਂਸੀ ਦੌਰਾਨ ਬਿਲਕੁਲ ਠੀਕ ਠਾਕ ਹੈ, ਪਰ ਜਦੋਂ ਬੱਚਾ ਹੋਇਆ ਡਿਲੀਵਰੀ ਹੋਈ ਉਸ ਤੋਂ ਬਾਅਦ ਉਹਦੀਆਂ ਮਤਲਬ ਕਿ ਜੋ ਸਰੀਰ ਦੇ ਅੰਗ ਸੀ ਉਹ ਪੂਰੇ ਸਹੀ ਨਹੀਂ ਸੀ ਹੈਗੇ, ਮਤਲਬ ਉਹਨੇ ਜੋ ਰਿਟਰਨ ਰਿਪੋਰਟਾਂ ਦਿੰਦਾ ਡਾਕਟਰ ਗਲਤ ਰਿਪੋਰਟਾਂ ਦਿੱਤੀਆਂ ਉਹਨਾਂ ਨੇ। ਕੋਈ ਗ੍ਰਿਫਤਾਰੀ ਕੀਤੀ ਗਈ ਸਰ ਇਹਦੇ 'ਚ? ਨਹੀਂ, ਪੁਲਿਸ ਵੱਲੋਂ ਮੁਕਦਮਾ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ, ਰਿਡ ਕੀਤਾ ਗਿਆ, ਡਾਕਟਰ ਫਰਾਰ ਹੈ, ਜਲਦੀ ਗ੍ਰਿਫਤਾਰ ਕਰ ਲਾਂਗੇ। ਕਿਸੇ ਹੋਰ ਬੰਦੇ ਦੀ ਵੀ ਸਰ ਪਰਚਾ ਦਰਜ ਹੋਇਆ ਜਾਂ ਇੱਕ ਹੀ ਬੰਦੇ ਹੈ? ਹਾਲ ਦੀ ਕੜੀ ਜੋ ਇੱਕ ਹੀ ਹੈ ਜਿਹਦੇ ਵਿੱਚ ਕਿਸੇ ਦੀ ਹੋਰ ਦੀ ਵੀ ਸ਼ਮੂਲੀਅਤ ਆਈ ਤੇ ਉਹਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਜਾਏਗਾ, ਕਾਰਵਾਈ ਕੀਤੀ ਜਾਏਗੀ। ਠੀਕ ਹੈ ਸਰ। ਤੁਸੀਂ ਸੁਣਿਆ ਕਿਸ ਤਰ੍ਹਾਂ ਦੇ ਨਾਲ ਡੀਐਸਪੀ ਸੁਬੇਕ ਸਿੰਘ ਵੱਲੋਂ ਇਸ ਮਾਮਲੇ ਦੇ ਵਿੱਚ ਦਰਜ ਹੋਏ ਪਰਚੇ ਸੰਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਉਧਰ ਪੀੜਿਤ ਪਰਿਵਾਰ ਵੱਲੋਂ ਵੀ ਪੁਲਿਸ ਕਾਰਵਾਈ ਤੇ ਸੰਤੁਸ਼ਟੀ ਜਤਾਈ ਜਾ ਰਹੀ ਹੈ। ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਡਾਕਟਰ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਕਿ ਹੋਰ ਪਰਿਵਾਰਾਂ ਦੇ ਨਾਲ ਇਹੋ ਜਿਹਾ ਨਾ ਹੋ ਸਕੇ। ਪੀੜਿਤ ਪਰਿਵਾਰ ਵੱਲੋਂ ਇਸ ਮਾਮਲੇ ਦੇ ਵਿੱਚ ਮੀਡੀਆ ਦੇ ਸਾਹਮਣੇ ਆ ਕੇ ਪੂਰੀ ਜਾਣਕਾਰੀ ਦਿੱਤੀ ਗਈ ਹੈ। ਆਓ ਤੁਹਾਨੂੰ ਲੈ ਚੱਲਦੇ ਹਾਂ ਪੀੜਿਤ ਪਰਿਵਾਰ ਦੇ ਕੋਲ ਤੇ ਜਾਣਦੇ ਹਾਂ ਕਿ ਕਥਿਤ ਤੌਰ ਤੇ ਡਾਕਟਰ ਵੱਲੋਂ ਕਿਸ ਤਰ੍ਹਾਂ ਦੇ ਨਾਲ ਲਾਪਰਵਾਹੀ ਕੀਤੀ ਗਈ ਹੈ ਜਿਸ ਦਾ ਨਤੀਜਾ ਉਹਨਾਂ ਨੂੰ ਭੁਗਤਣਾ ਪੈ ਰਿਹਾ ਹੈ। ਸਰ ਇਹ ਇੱਕ ਅਲਟਰਾਸਾਊਂਡ ਜੋ ਹੈ ਨਾ ਲੈਵਲ 2 ਜਦੋਂ ਇਹ ਬੱਚੇ ਹੋਣ ਵਾਲਾ ਹੁੰਦਾ ਤੇ ਇੱਕ ਕਰਵਾਇਆ ਜਾਂਦਾ ਜੀ, ਬਿਟੀਆ ਦੇ ਬੱਚਾ ਹੋਣ ਵਾਲਾ ਇਸ ਨੋ ਸਾਡੀ ਦੇ ਤੇ ਅਸੀਂ ਉਹ ਉਹਨਾਂ ਕੋਲੋਂ ਕਰਵਾਇਆ ਆਪਣੇ ਡਾਕਟਰ ਰੇਨੂ ਤੂੜੀਆ ਦੇ ਹੋਸਪਿਟਲ ਦੇ ਅੰਦਰ, ਲੇਕਿਨ ਉਹਦੇ ਅੰਦਰ ਇੱਕ ਬੜੀਆਂ ਵੱਡੀਆਂ ਖਾਮੀਆਂ ਆਈਆਂ। ਮੌਕੇ ਤੇ ਆ ਕੇ ਕੀ ਡਿਸੀਜ਼ਨ ਨਿਕਲਦਾ ਸਾਨੂੰ ਪਹਿਲਾਂ ਕਹਿੰਦੇ ਬਿਲਕੁਲ ਓਕੇ ਹੈ ਜੀ, ਸਾਰੇ ਬੱਚੇ ਦੇ ਅੰਗ ਪੂਰੇ ਹਨ, ਲੇਕਿਨ ਜਦੋਂ ਕਰਵਾਇਆ ਗਿਆ ਸਜੇਰੀਅਨ ਤੇ ਉਹਦੇ ਵਿੱਚ ਬੱਚੇ ਦਾ ਇੱਕ ਅੱਧਾ ਹੱਥ ਹੀ ਹੈ ਨਹੀਂ। ਸਾਰਿਆਂ ਦਾ ਮਤਲਬ ਕੀ ਹੋਇਆ ਜੀ? ਰਿਪੋਰਟ ਦੇ ਕਾਰਨ ਹੀ ਹੋਇਆ, ਰਿਪੋਰਟ ਸਾਨੂੰ ਗਲਤ ਦਿੱਤੀ ਗਈ ਸਰ। ਉਹਦੇ ਵਿੱਚ ਸਾਨੂੰ ਇਹ ਕਿਹਾ ਗਿਆ ਕਿ ਬੱਚੇ ਦੇ ਅੰਗ ਸਾਰੇ ਪੂਰੇ ਹਨ, ਲੇਕਿਨ ਸਜੇਰੀਅਨ ਦੇ ਵਿੱਚ ਬੱਚੇ ਦਾ ਤਾਂ ਹੱਥ ਹੀ ਹੈ ਨਹੀਂ। ਉਹ ਜੋ ਕਿ ਰਿਪੋਰਟ ਦੇ ਵਿੱਚ ਜਾਂ ਤਾਂ ਹੋਣਾ ਜ਼ਰੂਰੀ ਸੀਗਾ ਅਤੇ ਜਾਂ ਉਹ ਮਿਸਟੇਕ ਲਿਖਦੇ ਵੀ ਸਾਡੇ ਸਾਨੂੰ ਡਾਊਟ ਹੈ ਜੀ, ਆਹ ਚੀਜ਼ ਸਾਨੂੰ ਨਹੀਂ ਨਜ਼ਰ ਆਉਂਦੀ, ਅਸੀਂ ਬਾਹਰ ਜਾ ਕੇ ਕਿਸੇ ਹੋਰ ਟੈਸਟ ਕਰਵਾਉਂਦੇ ਜੀ। ਬਿਲਕੁਲ ਦੱਸੇ ਨੇ ਜੀ, ਸਾਡੇ ਕੋਲ ਸਾਰਾ ਸਬੂਤ ਹੈ, ਉਹਨਾਂ ਦੀ ਰਿਪੋਰਟ ਵੀ ਸਾਡੇ ਕੋਲ ਹੈ, ਸਭ ਕੁਝ ਕੋਲ ਹੈ ਸਾਡੇ। ਸਰ ਅਸੀਂ ਕੀ ਕਹਿ ਸਕਦੇ ਹਾਂ ਜੀ? ਸਾਨੂੰ ਅਸੀਂ ਡਾਕਟਰ ਸਾਹਿਬ ਨੂੰ ਪੁੱਛਿਆ, ਉਹ ਆਪ ਹੈਰਾਨ ਪਰੇਸ਼ਾਨ ਵੀ ਮੈਨੂੰ ਤਾਂ ਪਤਾ ਹੀ ਨਹੀਂ ਵੀ ਕਿਵੇਂ ਹੋ ਗਿਆ, ਇਹਦੇ ਜੋ ਗਲਤੀ ਉਹਨਾਂ ਕੋਲ ਹੋਈ ਹੈ ਸਰ। ਤੁਸੀਂ ਅਸੀਂ ਤਾਂ ਇਹ ਵੀ ਮੰਨੇ ਹਾਂ ਜੀ ਉਹਨਾਂ ਦੀ ਰਿਪੋਰਟ ਤੋਂ ਹੀ, ਅਸੀਂ ਹੋਰ ਡਾਕਟਰ ਨਾਲ ਵੀ ਸਲਾਹ ਕੀਤੀ ਹੈ, ਉਹਨਾਂ ਨੇ ਵੀ ਸਾਨੂੰ ਇਹ ਗੱਲ ਕੀਤੀ ਹੈਗੀ ਜੀ ਵੀ ਇਹ ਉੱਥੇ ਕੋਈ ਮਿਸਟੇਕ ਹੋਈ ਹੈ ਜਿਨ੍ਹਾਂ ਨੇ ਸਜੇਰੀਅਨ ਕੀਤਾ, ਉਹਨਾਂ ਵੱਲੋਂ ਕੋਈ ਨਹੀਂ, ਉਹਨਾਂ ਦਾ ਰਿਪੋਰਟ ਦੇ ਆਧਾਰ 'ਤੇ ਜੋ ਕਰਨਾ ਸੀ ਕੀਤਾ ਜੀ।
सर असी या तो अपने आप नू जो मेंटली तौर पर तैयार करते भी साडा ये बच्चा जिहड़ा हैगा ना असी तैयार हैं तो या असी कुछ ना कोई होर डिसीजन सोचते जी सर। वो इस तरह से मेरी बिटिया नौरानी और मेरा बेटा और उनकी जिहड़ी मदर इन ला ये तिने जदों करवाण वास्ते गए ना जी अंदर उन्हों का जो अल्ट्रासाउंड किया जी उदों ये गल कही गई भी अजकल के अंदर जो कोई तुसी दूजे भी करवाना चाहते हो तो वह भी हो जाता उनकी फीस 1,00,000 रुपया होंगी है लेकिन जिहड़ी मदर इन ला सी नाल बिटिया सी तो कहिंदी सानू जो भी निकलेगा सानू उन्हां गल्लां नाल मतलब नहीं हैगा भी साडे बच्चा कुड़ी होवे जां मुंडा होवे लेकिन सानू जो है ना तुसी अपनी रिपोर्ट दिओ और रिपोर्ट मुताबिक उन्हें सारे अंग वगैरह सही दसे जी। जदों बच्चे डिलीवरी होई ना जी उदों सानू इस गल का पता लगे भी साडे बच्चे का अंग है नहीं। उस तो बाद कोई एक अल्ट्रासाउंड होंदा है 2 दिन पहला सिर्फ उनका मतलब यह होंदा है भी अंदर पेट के अंदर कोई होर कोई कमी पेशी तो नहीं जो बच्चे के अंग ने ना डॉक्टर ने कहने मुताबिक उदों तक बन चुके होंगे जदों ये टेस्ट किया जाता है। सर जदों ये गल कह रहे हैं भी बच्चे के अंग उदों पूरे हैगे सी सानू दसा जाए कि पेट के अंग निकल जाते हैं बाद या कोई डॉक्टर ने कोई मतलब उस चीज़ अंग नूं कट दिता है जिन्होंने सर्जेरियन किया जाए सानू अजकल जवाब तो दिता जाए ना जी सर यहोजी कोई गल नहीं साढ़े नोटिस में यहोजी कोई गल फिर यह टेस्ट का मतलब की रह गया जी फिर तो कोई टेस्ट करवाना ही नहीं चाहिए फिर तो कोई टेस्ट है नहीं फिर तो आराम भरोसे जो होएगा ठीक है बस असं प्रशासन से मंग करने भी इन्हों वो तो वजह इस गल की कानूनी जो है सज़ा इन्हों दी जाए अज तो अच्छ साढ़े ना भी किसी ना हो कहने परमात्मा किसी ना भी यहोजी ना करे जी साढ़े नाल हुई है और सानू पता लगे भी उन्होंने कल जो ना उन्होंने जो है ना अल्ट्रासाउंड उन्होंने मतलब सील कर दिता गया ठीक है कार्रवाई करनी भी चाहिए है असं अज भी यह मांग करते हैं भी उन्होंने जो है ना उन्होंने बंद किया जाए और लोगों को इस चीज़ को सुचेत करनी है भी जो भी कराना है थोड़ा जहा ना असी तो शहर में वेख के किया लेकिन ये जरा ना इन्हें विश्वास ना किया जाए अपने हिसाब न जो वो तो वी बच्चे सहूलत दे सकते हो वो तो वी टेस्ट जिथे तो अच्छा लगे उतों ही करवाओ लेकिन यहोजे झांसिया में ना फसो भी रिपोर्टा कुछ हो निकले कुछ। मेरा नाम अरुण कुमार है जी। अच्छा ये मेरी वाइफ जो सैकेंड टाइम प्रैगनेंट हुई फिर असी महिमा शर्मा जी को गए उ प्रैगनेंसी कन्फर्म करवाई है तो उस तो बाद जिमें इलाज शुरू होया तो कुछ टाइम बाद लैवल 2 टेस्ट होंगे जी उन्होंने सूँ रिकमेंड किया कि शहर के रिन दूड़िया सेंटर है जी उतों की करवाया जाए तो उत्थे असी गए तो उस तो बाद सारा कुछ होया जी उनके रिपोर्ट ही सूँ दस्या गया कि उनके सारे लिम्स एकदम नॉर्मल ने मतलब हाथ पैर पूरे बने हुए ने पर जो सर्जेरियन किया गया 12 नवंबर में उदो हाथ का कुछ पार्ट मिसिंग से जिमें पिक्चर च दस्या ही होया जी ये जुलाई दे विच होया जी 19 जुलाई नू अंदाजा लगा लो 20 हफ्ते हुए होने मेरे ख्याल अल्ट्रासाउंड रिपोर्ट जो है वो गलत पेश की गई है मतलब मेरे कहने का मतलब यह है कि जो रिपोर्ट दे विच पहले ही ज्यादा होना है कि हाथ पूरी तरह बनया नहीं है उन्होंने रिपोर्ट सही नहीं दिती है जिंदे कारण सानू सर्जेरियन टाइम जो शोक लगे कि सानू संभलन का बिल्कुल ही मौका नहीं मिलिया जे पहले रिपोर्ट सही दिती होंगी तो असं कुछ सोच सकते सी या किसी होर जाके इलाज करवा सकते सी बहुत सारे ऑप्शन होंगे जी उदो बहुत गम दा माहौल है जी सारे डुबे पे ने जी किसी का कुछ खान पीन मन नहीं है जी उनकी मदर ने तो 2 दिन हाथ भी नहीं लाया गुड़िया नू कि मेरे नेड़े ना लेके आओ मैं नहीं वेख सकती इनू हुण हौसला दे के उनू कोल उन्दे पाने कल उन्हें पीलिया हो गया सी ते उनू डॉक्टर साहब को दिखाने वास्ते लै गए सी जी हजे उत्थे ही एडमिट है जी डॉक्टर कुक्कड़ को उत्थे साडी गल होई सी डॉक्टर साहब नाल तो उदो कह रहे सी कि जो भी प्रॉब्लम आती है ना लेवल 2 टेस्ट दे विच ही पहला विख जांदा है इस तो बाद कोई दिक्कत नहीं आ सकती कि हाथ बने होन तो उस तो बाद ये नहीं हो सकता कि कटी जाण उन्हां दी ये कहना सी कि लेवल 2 दे विच ही सारा कुछ आंदा है बने कि नहीं बने सर मेरी वाइफ ते मेरी सासू माँ वो दोनों अंदर गए सी मेरे जिवें जेंट्स नू अलाउड नहीं हुंदा एक बारी जे वो जरूरत पवे फिर बुलाते हैं पर उदो वो ही दोनों अंदर सी मेरी सासू माँ नू दिखाया गया सी इस तरह दो पर जिवें मेडिकल टर्म्स ने जी सानू इन्नी समझ नहीं आती उस हिसाब नाल उन्हें एक तो SSP साहब को गई है फाइल तो एक सिविल सर्जन जो है अपने फाइल का दे उन्हें को फाइल पहुँच चुकी है जी उनके ते एक्शन भी लिया गया उन्होंने अल्ट्रासाउंड सिस्टम सारा सील कर दिता गया जी बाकी अगे बनती कार्रवाई करवाएंगे जी सख्त तो सख्त कार्रवाई होनी चाहिए सर डॉक्टर क्षितिज दूड़िया जी ते
ਤੇ ਉਹਨਾਂ ਦਾ ਜਿਹੜਾ ਲਾਇਸੈਂਸ ਹੈ ਕੈਂਸਲ ਕਰਨਾ ਚਾਹੀਦਾ ਤੇ ਅਲਟਰਾਸਾਊਂਡ ਜਿਹੜਾ ਸਿਸਟਮ ਉਹਨਾਂ ਦਾ ਹੈ ਸਾਰਾ ਉਹ ਸੀਲ ਹੀ ਰਹਿਣਾ ਚਾਹੀਦਾ ਜੀ। ਨਹੀਂ ਇਸ ਬਾਰੇ ਤਾਂ ਕੰਸੋਲੇਸ਼ਨ ਵਾਸਤੇ ਵੀ ਨਹੀਂ ਆਏ ਸਾਡੇ ਕੋਲ ਕਿ ਆ ਕੇ ਗੁੜੀਆ ਦਾ ਹਾਲ ਪਚਾਲ ਪੁੱਛਣ ਜਾਂ ਵੇਖਣ ਉਹਨਾਂ ਨੂੰ ਕੀ ਦਿੱਕਤ ਹੈ ਜਾਂ ਪਰਿਵਾਰ ਨੂੰ ਥੋੜ੍ਹਾ ਜਿਹਾ ਢੰਡ ਸਵਿਧਾਨ ਇਹੋ ਜਿਹਾ ਕੁਛ ਵੀ ਨਹੀਂ ਕੀਤਾ ਗਿਆ ਉਹਨਾਂ ਵੱਲੋਂ।